ਤੇਰੇ ਚਰਨਾਂ ਦੇ ਵਿੱਚ। ਕਹਿੰਦੇ ਮੰਦਰ ਦੇ ਪੁਜਾਰੀਆਂ ਨੇ ਛੋਟੀ ਜਾਤ ਦਾ ਕਹਿ ਕੇ ਮੰਦਰ ਵਿੱਚੋਂ ਬਾਹਰ ਕਰ ਦਿੱਤਾ। ਫਿਰ ਕਹਿੰਦੇ ਨੇ ਮੈਂ ਕੀ ਕਰਾਂ ਹੇ ਪਰਮਾਤਮਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੋ ਪਾਪ ਪੁੱਛਣਾ, ਕੀ ਕਰਾਂ ਮੈਂ। ਜੇਕਰ ਤੁਸੀਂ ਮੇਰੇ ਮਰੇ ਹੋਏ ਦਾ ਕਲਿਆਣ ਕਰੋਗੇ ਤੇ ਕਿਸੇ ਨੇ ਵੀ ਇਸ ਕਲਿਆਣ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਮਰਨ ਤੋਂ ਬਾਅਦ ਮੁਕਤੀ ਮਿਲ ਜਾਣੀ, ਮਰਨ ਤੋਂ ਬਾਅਦ ਮੁਕਤੀ ਮਿਲ ਜਾਣਾ। ਕਹਿੰਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜੇ ਤੁਸੀਂ ਹੈ ਕਿ ਕੋਈ ਆਮ ਬੰਦਾ ਗੱਲ ਕਰੇ। ਗੁਰੂ ਗ੍ਰੰਥ ਸਾਹਿਬ ਸੰਗਤ ਨੂੰ ਭਾਈ ਸਾਹਿਬ ਜੀ ਬੇਨਤੀ ਕਰਦੇ ਹੋ, ਦੁਕਾਨਦਾਰ ਦੀ ਦੁਕਾਨ ਵਿੱਚ ਕੋਈ ਸੌਦਾ ਹੀ ਨਾ ਹੋਵੇ ਜੇ ਉਹ ਰੌਲਾ ਪਾ ਪਾ ਕੇ ਕਹੀ ਜਾਵੇ ਆਹ ਚੀਜ਼ ਲੈ ਲਓ ਆਹ ਚੀਜ਼ ਲੈ ਲਓ, ਕੋਈ ਸੌਦਾ ਤਾਂ ਹੈ ਨਹੀਂ। ਪਰ ਭਗਤ ਨਾਮਦੇਵ ਜੀ ਨੇ ਬੜੇ ਵਿਸ਼ਵਾਸ ਨਾਲ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ। ਕਹਿੰਦੇ ਮੂਹੇ ਹੋਏ ਜੀ ਮੁਕਤ ਦੇ ਹੋ ਕੇ ਮੁਕਤ ਨਾ ਕਰਦੇ ਕੋਈ ਦਾ। ਕਹਿੰਦੇ ਪਰਮਾਤਮਾ ਜੀ ਲੋ ਇਹ ਪਿੰਡ ਇਹ ਪੰਡੀਆ ਮੋਕੋ ਟੇਕ ਕਹਿ ਤੇਰੀ ਪੈਰ ਪਛਾਉਂਦੀ ਹੋਏ ਦਾ। ਇਸ ਬ੍ਰਾਹਮਣ ਇਹਨਾਂ ਬ੍ਰਾਹਮਣਾਂ ਨੇ ਮੈਨੂੰ ਨੀਚ ਘਰਾਣੇ ਦਾ ਅੱਖ ਦੇ ਇਹ ਸਾਈਂ ਜੀ ਇਸ ਤਰ੍ਹਾਂ ਤੇਰੀ ਤੇਰੀ ਇੱਜ਼ਤ ਪਾ ਲੱਗੇ। ਮੈਂ ਨਾਮ ਤੇਰਾ ਜਪ ਰਿਹਾ ਸੀ ਪਰਮਾਤਮਾ ਜੀ ਤੂੰ ਜੋ ਦਇਆਲ ਕਿਰਪਾਲ ਕਈਅਤ ਹੈ ਪਾਤਸ਼ਾਹ ਤੇਰੀਆਂ ਵਿਸ਼ੇਸ਼ਤਾਵਾਂ ਨੇ ਤੇਰੇ ਗੁਣ ਨੇ।
Thank you.
ਸਾਡਾ ਗਵਰਨਰ ਕਾਂਗਰਸ ਨੇਤਾ ਦੀ ਬਲਾਕ ਹੋ ਜਾਵੇ ਭਾਰਤ ਦੀ ਨੇਤਾ ਕਰ ਸੋ ਅਗਲਾ ਪ੍ਰੋਗਰਾਮ ਬੜੇ ਪਿਆਰ ਸਹਿਤ ਸਤਿਕਾਰ ਜੋ ਸਾਡੇ ਵੀਰ ਜੀ ਕਰੋਲ ਜੀ ਦਾ ਸੁਸਨ ਕਰਨਾ ਪਰ ਜੋ ਵੀ ਕਿਵਾਂ ਸਾਰੀ ਸੰਗਤ ਫਤਿਹ ਬਲਾਓ ਜੀ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਰਿਸ਼ ਸ਼ੁਰੂ ਹੋਏਗਾ।